ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ, ਅਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ 'ਚ। ਅਤੇ ਅੱਜ ਆਏ ਹੋਏ ਬਾਈ ਗੱਡੀ ਸਰਵਿਸ ਕਰਾਉਣ ਕਾਲੇ ਬਾਈ ਨਾਲ, ਬਰੇਜ਼ਾ ਗੱਡੀ ਦੀ ਬਾਈ, ਅਤੇ ਦਿਖਾਉਂਦੇ ਹਾਂ ਜੀ ਤੁਹਾਨੂੰ ਬਾਕੀ ਗੱਡੀ ਲੱਗ ਗਈ ਹੋਣ ਸਰਵਿਸ ਜੀ, ਅਤੇ ਗੱਡੀਆਂ ਦੇਖਣ ਆਏ ਬਾਈ ਨਵੀਆਂ, ਅਤੇ ਅਸੀਂ ਕਿਹਾ ਵਿਹਲੇ ਬੈਠੇ ਚਲੋ ਦੇਖ ਲਈਏ, ਅਤੇ ਰੇਟ ਪਾਓ ਅੰਤਾ ਇਹਨਾਂ ਨੂੰ ਪੁੱਛੀਏ। ਅਤੇ ਪੁਰਾਣੀ 21 ਮਾਡਲ ਆ ਕਾਲੇ ਬਾਈ ਕੋਲ, ਅਤੇ ਨਵੀਂ ਵੀ ਬਰੇਜ਼ਾ ਤੁਹਾਨੂੰ ਦਿਖਾਉਂਦੇ ਹਾਂ। ਆਏ ਬਾਈ ਸਵਿਫਟ, ਮਟੀਰੀਅਲ ਦੇਖੋ ਇਹਦਾ, ਗੱਡਾ ਬੜਾ ਕਰਤਾ ਇਹਦਾ। ਕਾਲਾ ਬਾਈ ਵੀ ਆਇਆ ਨਾ ਜੀ, ਹੋਰ ਬਾਈ ਵਧੀਆ ਵਧੀਆ ਜੀ, ਬਲੌਗ ਬਣਾਉਣ ਲੱਗ ਗਏ ਮੈਂ ਬਣਾ ਲਈਏ ਨਾ, ਵਧੀਆ ਠੀਕ ਹੈ ਵਿਹਲੇ ਚ। ਮੀਂਹ ਪੈ ਰਿਹਾ ਬਾਈ ਜ਼ੋਰਾਂ ਨਾਲ ਪੂਰਾ, ਬਹੁਤ ਪੈ ਰਿਹਾ ਅੱਜ। ਅਸੀਂ ਬਾਈ ਪਿੰਡ ਤੇ ਨਿਕਲੇ ਤੇ ਜਾਂ ਮੌਸਮ ਠੀਕ ਤਾਂ ਦੇਖ ਲਓ, ਧੁੱਪ ਦੀ ਪੂਰੀ ਰੋਪੜ ਆਏ, ਰੋਪੜ ਬਾਈ ਬਸ ਬੁਲੈਟਾਂ ਪਰ ਪੂਰਾ ਮੀਂਹ ਦਾ। ਆ ਦੇਖੋ ਤਾਕੀ ਸਰ, ਆ ਸਵਿਫਟ ਬਾਈ, ਇਹ ਟੌਪ ਆ ਬਾਈ, ਇਹ ਟੌਪ ਆ ਹਨਾ, ਇਹ 9:30 ਦੀ ਕਹਿੰਦਾ ਤਾਂ ਪਤਾ ਨੀ ਹਨਾ। ਹੁਣ ਤਕਰੀਬਨ ਇਹਨਾਂ ਦੀਆਂ ਗੱਡੀਆਂ ਵੀ ਬਾਈ ਉਹ ਆਉਣ ਲੱਗੀਆਂ ਸਾਰੀਆਂ ਹੀ, ਪੈਟਰੋਲ ਡੀਜ਼ਲ ਗਾਹਾਂ ਗਾਹਾਂ ਬੰਦ ਕਰਤੀ ਆ। ਆਏਗੀ ਬਰੇਜ਼ਾ, ਬਰੇਜ਼ਾ 'ਚ ਇਹਨਾਂ ਨੇ ਸਨ ਰੂਪ ਲਾ ਦਿੱਤਾ, ਛੋਟਾ ਜਿਹਾ ਸਨ ਰੂਪ। ਨਵਾਂ ਮਾਡਲ ਆਏ ਟੌਪ ਮਾਡਲ, ਅਤੇ ਥੋੜ੍ਹੀ ਤੰਗ ਕਰਤੀ ਪੁਰਾਣੀ ਮਾਡਲ ਨਾਲ, ਅਤੇ ਥੋੜ੍ਹਾ ਜਿਹਾ ਘਟਾ ਤਾ ਕੰਮ। ਮੱਕੀ ਟੋਰੀ ਆਊ ਗੱਡੀ ਬਾਈ, ਅਤੇ ਆਹ ਸ਼ੀਸ਼ਾ ਜਿਹਾ ਕਰਤਾ ਇੱਕ ਇਹਨਾਂ ਨੇ ਪਿੱਛੇ। ਹੈਗਾ ਬਾਈ ਫਰਕ ਗੱਡੀ ਤੇਰੇ ਵਾਲੀ ਨਾਲ? ਤੇ ਹਾਂ ਥੋੜ੍ਹੀ ਕਰਤੀ ਇਹਨੇ ਕੱਠੀ ਪਿੱਛੇ ਤੇ, ਪਿੱਛੇ ਤੇ ਵੀ ਦਿਖਦੀ ਆ। ਮੀਂਹ ਪੈ ਰਿਹਾ ਬਾਈ ਪੂਰਾ, ਤਕਰੀਬਨ ਹੋ ਗਿਆ ਅੱਧਾ ਘੰਟਾ 20 ਮਿੰਟ ਪੈਂਦੇ ਨੂੰ ਪੂਰੇ ਪਿੰਡ, ਜਦ ਅਸੀਂ ਆਏ ਤੇ ਉੱਥੇ ਦਾ ਘੰਟਾ ਹੀ ਹੋ ਗਿਆ ਹੋਣਾ, ਮੈਨੂੰ ਲੱਗਦਾ ਰੋਪੜ ਦਾ ਪੈਂਦੇ ਨੂੰ। ਰੋਪੜ ਦਾ ਬਾਈ ਬੱਸ ਕਰਾਈ ਪਈ ਸੀ ਮੀਂਹ ਨੇ ਪੂਰੀ। ਬਾਕੀ ਦਿਖਾਉਣੇ ਤੁਹਾਨੂੰ ਪਿੱਛੇ ਜਾ ਕੇ ਗੱਡੀ ਹੋ ਰਹੀ ਸਰਵਿਸ। ਪਹਿਲੀ ਸਰਵਿਸ ਕਰਾਉਣੀ ਬਾਈ, ਜਦ ਹੀ ਆਈ ਤੁਹਾਡੇ ਕੋਲ ਤਾਂ ਪਹਿਲੀ ਆ? ਹਾਂ ਉਹ ਵੈਸੇ ਦੂਈ ਜੀ, 14-15 ਹਜ਼ਾਰ ਚੱਲ ਗਈ ਕਿਲੋਮੀਟਰ। ਮਰੂਤੀ ਸਯੂਕੀ ਵਾਲੇ ਬਾਈ, ਰੰਗੀਲਪੁਰ ਏਜੰਸੀ ਹੈ ਇਹਨਾਂ ਦੀ। ਲਓ ਜੀ ਬਾਈ ਗੱਡੀ ਦੀ ਹੋ ਗਈ ਸਰਵਿਸ, ਆ ਖੜੀਏ ਸਾਹਮਣੇ, ਅਤੇ 4 ਘੰਟੇ ਲੱਗ ਗਏ ਬਾਈ, 12 ਵਜੇ ਆਏ ਹੋਏ ਹਾਂ, 4 ਵੱਜ ਗਏ ਤਕਰੀਬਨ। ਬਾਕੀ ਆਪਣਾ ਹੋ ਗਿਆ ਸਾਰਾ ਕੰਮ, ਪੇਂਟ ਸਾਰਾ ਕੁਛ ਬਾਅਦ ਚੱਲੀਏ ਘਰ ਨੂੰ ਬਾਈ। ਮੀਂਹ ਪਿਆ ਬਹੁਤ ਬਾਈ, ਮੀਂਹ ਪੈ ਲਿਆ 2-2.5 ਘੰਟੇ ਪੂਰਾ ਪੈ ਲਿਆ, ਹਲੇ ਬੱਦਲ ਪੂਰਾ ਬਾਈ, ਪਿੰਡ ਵੀ ਪੈ ਲਿਆ, ਪਿੰਡ ਵੀ ਬਹੁਤ ਕਹਿੰਦੇ ਪਾਣੀ ਉਹ ਪਾਣੀ ਕਰਤਾ। ਬਾਕੀ ਗੱਡੀ ਨੇ ਸਰਵਿਸ ਕਰਕੇ ਟਰਾਈ ਦਿੱਤੀ ਬਾਈ ਇੱਕ ਵਾਰੀ, ਅਤੇ ਓਕੇ ਆ ਜਾਣੀ ਕਿ ਸਭ ਕੁਛ। ਹੁਣੀ ਗੱਡੀ ਲਈ ਤੀ ਬਾਈ ਕਾਲੇ ਨੇ, ਦਸੂਏ ਦਾ ਨੰਬਰ ਆ PP21, ਅਤੇ ਪਹਿਲੀ ਸਰਵਿਸ ਇਹਨੇ ਕਰਾਈ ਆ, ਪਹਿਲਾਂ ਇੱਕ ਹੋਈ ਹੋਈ ਤੀ ਜਾਣੀ ਕਿ, ਅਤੇ ਦੂਜੀ ਸਰਵਿਸ ਹੋ ਗਈ ਅੱਜ। ਬਰੇਜ਼ਾ 21 ਮਾਡਲ ਆ ਬਾਈ ਇਹ, ਜਦੋਂ ਆਪਾਂ ਲਈ ਗੱਡੀ ਜਦੋਂ ਉਦੋਂ ਹੀ ਲਈ ਤੀ ਬਾਈ ਕਾਲੇ ਬਾਈ ਨੇ ਵੀ, 10 ਕੁ ਦਿਨਾਂ ਬਾਅਦ ਆਪਣੇ ਤੋਂ।
ਆਪਾਂ ਜਨਵਰੀ 'ਚ ਨਵੇਂ ਸਾਲ ਵਾਲੇ ਦਿਨ ਲਈ ਸੀ, ਕਾਲੇ ਬਾਈ ਨੇ 10 ਕੁ ਦਿਨ ਬਾਅਦ ਲੈ ਲਈ ਸੀ। ਅਤੇ ਆ ਰਿਹਾ ਬਾਈ, ਚੱਲੀ ਗਿਆ ਹੁਣ, ਓਕੇ ਹੁਣ ਆਪਣਾ ਕੰਮ ਸਾਰਾ ਚੱਲੀਏ। ਆ ਜਾ ਬਾਈ, ਹੋ ਗਿਆ ਕੰਮ ਆਪਣਾ ਸਾਰਾ, ਟਾਈਮ ਬਹੁਤ ਲੱਗ ਗਿਆ ਨਾ, ਲੱਗ ਗਏ 4 ਘੰਟੇ ਬਾਈ, 12 ਵਜੇ ਤੇ ਆਏ ਹੋਏ ਹਾਂ, ਟ੍ਰੀਜ ਲਾਤੀ ਐਂ ਤਾਂ ਇਹੀ ਗੱਲ ਦੀ ਹੈ ਨਾ ਬਾਈ, ਵਿੱਚ ਰੱਖ ਲਈ ਠੀਕ ਆ, ਹੈ ਨਾ ਗੇਟ ਪਾਸ ਆ ਬਾਈ, ਮੀਂਹ ਬਹੁਤ ਪਿਆ ਬਾਈ, ਮੀਂਹ ਨੇ ਕਰਾਤੀ ਬੱਸ, ਬਾਕੀ ਹੁਣ ਚੱਲ ਕੇ ਖੇਤਾਂ ਜਾ ਕੇ ਪਤਾ ਲੱਗੂ ਬਈ ਕਿੰਨਾ ਕੁ ਮੀਂਹ ਆ ਕਿਆ ਕੁਛ ਆ। ਚੱਲਦੇ ਆ ਲੋ ਜੀ ਬਾਈ, ਪਹੁੰਚ ਕੇ ਸਰਵਿਸ ਗੱਡੀ ਦੀ ਕਰਾ ਲਿਆਂਦੀ, ਪਹੁੰਚ ਗਈ ਅਤੇ ਹੁਣ ਖੇਤਾਂ ਵੱਲ ਆਏ ਬਾਈ, ਗੇੜਾ ਮਾਰਨ, ਪਾਣੀ ਦੇਖੋ ਕਿਹੜੇ ਹਿਸਾਬ ਨਾਲ ਖੜਾਤਾ ਬਾਈ, ਸੁੱਕੇ ਖੇਤ 'ਤੇ ਜਮਾਂ ਹੀ ਪਏ ਸੁੱਕੇ, ਆ ਝੋਨੇ 'ਚ ਵੀ ਖੜਾਤਾ ਆਪਣੇ 'ਚ ਪਾਣੀ, ਇਹਨਾਂ ਨੂੰ ਤਕਰੀਬਨ ਐਂ ਸੁਕਾਏ ਪਏ ਤੇ ਖੇਤ, ਮੈਂ ਹਾਲੇ ਸਲਾਹ ਕਰਦਾ ਤਾ ਵੀ ਇੱਕ ਪਾਣੀ ਲਾ ਦੀਏ, ਆਪਣਾ ਝੋਨਾ ਹਾਲੇ ਨਰਮ ਆ, ਉੱਧਰ ਉਹ 468 ਲੱਗਿਆ ਕਬੇਰੀ, ਉਹ ਦੇਖੋ ਪਿਲਾ ਪਿਲਾ ਜਿਹਾ ਹੋਇਆ ਹੋਇਆ ਅਤੇ ਉਹ ਪੱਕਿਆ ਹੋਇਆ ਤਕਰੀਬਨ, ਇਹ 'ਚ ਪਾਣੀ ਖੜਾਤਾ ਬਾਈ, ਦੇਖ ਲਓ ਮੀਂਹ ਬਹੁਤ ਪਿਆ ਬਾਈ, ਬਹੁਤ ਜ਼ਿਆਦਾ ਮੀਂਹ, ਇੰਨਾ ਬਰਸਾਤ 'ਚ ਐਤੀ ਮੀਂਹ ਨਹੀਂ ਪਿਆ ਜਿੰਨਾ ਹੁਣ ਪੈ ਗਿਆ। ਬਾਬਾ ਜੀ ਆਏ ਹੋਏ ਡੌਨ ਨਾਲ ਬਾਈ, ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਹਾਂਜੀ ਮਹਾਰਾਜ, ਤੁਸੀਂ ਤਾਂ ਉਰੀ 'ਤੇ ਬਹੁਤ ਮਹਾਰਾਜ, ਮੀਂਹ ਪਿਆ, ਭਾਦੋ ਨਹੀਂ ਪਿਆ, ਸੌਣ ਨਹੀਂ ਪਿਆ, 3-4 ਮਹੀਨੇ ਆਪਾਂ ਬਾਈ ਬਰਾਤਮਾ ਮੀਂਹ ਪਾ ਦੇ, ਉਹ ਕੰਮ ਨਹੀਂ ਹੋਇਆ ਜਿਹੜਾ ਅੱਜ ਕਰਤਾ, ਇੱਥੇ ਬਰਸਾਤ 'ਚ ਪਿਆ ਹੀ ਨਹੀਂ ਇੰਨਾ ਮੀਂਹ, ਇੰਨਾ ਮੀਂਹ ਪਿਆ ਚੱਕਿਆ, 3 ਘੰਟੇ ਪੂਰਾ ਮੀਂਹ ਪਿਆ, ਫੁੱਲ ਮੀਂਹ ਪਿਆ ਬਾਈ, ਫੁੱਲ ਸਾਰੇ ਸੀ, ਸਾਰੇ 3 ਮਹੀਨਿਆਂ ਦਾ ਰਿਕਾਰਡ ਤੋੜ ਗਿਆ, ਜਿੰਨੇ ਚੌਲ ਜੱਗ ਲਾ ਲਏ ਅਸੀਂ ਜਦ ਨਹੀਂ ਪਾਇਆ, ਹੈਨਾ ਹੁਣ ਫਸਲਾਂ ਪੱਕੀਆਂ ਬਾਈ, ਫਸਲਾਂ ਗਿਰ ਗਈਆਂ, ਮੈਂ ਪਿੱਛੇ ਦੇਖਦਾ ਆਇਆ ਤੇ ਫਸਲਾਂ ਬਾਈ ਗੇਰਤੀਆਂ ਜੀਰੀਆਂ, ਬਹੁਤ ਨਾ ਪਵੇ ਜਿਹੜਾ ਹਾਂ ਜੇ ਹੋ ਗਿਆ, ਚੱਲ ਠੀਕ ਆ ਮਹਾਰਾਜ, ਮਹੀਨਾ ਖੰਡ, ਚੱਲ ਉਹਨੂੰ ਸਭ ਦੀ ਫਿਕਰ ਆ, ਉਹਨੂੰ ਇਕੱਲੇ ਸਾਡੀ ਨਹੀਂ ਹੈਗੀ ਬਾਈ, ਉਹਨੂੰ ਸਭ ਦੀ ਫਿਕਰ, ਖਬਰ ਕਿਹਦੇ ਵਾਸਤੇ ਭਲਾ ਕਰਿਆ, ਕਿਹਦੇ ਵਾਸਤੇ ਨੁਕਸਾਨ ਹੋਇਆ ਉਹਨੂੰ ਪਤਾ ਉੱਪਰ ਵਾਲੇ ਨੂੰ, ਹੈਨਾ ਭਲਾ ਤਾਂ ਹੋਈ ਗਿਆ ਜੀ ਕਿ ਨਹੀਂ, ਬਾਕੀ ਗੰਨੇ ਗੁੰਨੇ ਵੀ ਗੇਰ ਤੇ, ਸਾਡਾ ਪਿੰਡ ਵਾਲਾ ਗੰਨਾ ਉਹ ਵੀ ਗੇਰਤਾ, ਉਹ ਵੀ ਸਿਖਾਉਣੇ ਬਾਈ ਜਾਂਦੇ ਹੋਏ ਸਾਨੂੰ, ਉਹ ਵੀ ਗੇਰਤਾ ਬਹੁਤ ਗਿਰ ਗਿਆ, ਉਹ ਵੀ ਆ 95 ਤਾਂ ਆਉਣਾ, ਝੋਨਾ ਬਾਈ ਹਾਲੇ ਤੱਕ ਆਪਾਂ ਮੋਟਰਾਂ ਪਰ ਆਏ ਹਾਂ, ਉੱਧਰ ਵੀ ਗੇੜਾ ਮਾਰ ਕੇ ਆਉਂਦੇ ਸਾਰੇ ਪਾਸੇ, ਅਤੇ ਇੱਥੇ ਠੀਕ ਆ ਇਹ ਆਪਣਾ ਹਾਲਾ ਹਰਿਆ ਏ, ਜਿਹੜੇ ਪੱਕੇ ਹੋਏ ਤੇ ਤਕਰੀਬਨ ਉਹ ਜ਼ਿਆਦਾ ਜਾਨ ਨਿਕਲ ਗਈ, ਹੈਂ ਉਹਦੇ ਨਾ ਇਹ ਚੈੜੇ 'ਚ ਜਾਨ ਨਹੀਂ ਰਹੀ, ਉਹ ਸੁੱਕ ਗਿਆ, ਇੱਕ ਪਾਣੀ ਦਾ ਵਜ਼ਨ ਉਹ ਆਪ ਦੇਖੋ, ਆ ਪਾਣੀ ਹਾਲੇ ਗਿੱਲੇ ਹੀ ਆ ਪਹਿਲਾਂ, ਆ ਦੇਖੋ ਆਵਾ ਗਿੱਲੀ ਪਈ ਬਾਬੇ ਦੇਖ, ਇਹ ਪਾਣੀ ਖੜਾ ਏ, ਹਵਾ ਚੱਲ ਗਈ, ਇਹਨੇ ਗਿਰਜਣ, ਇਹਨੇ ਵੀ ਪੈਰ ਹੋ ਗਏ ਕਮਜ਼ੋਰ, ਹੈਂ ਪੈਰ ਕਮਜ਼ੋਰ, ਪੈਰ ਵੀ ਕਮਜ਼ੋਰ, ਦਾਣੇ ਪਰ ਵਜ਼ਨ ਹੋ ਗਿਆ, ਉਹਨੇ ਗਿਰਨਾ ਹੀ ਆ ਫਿਰ, ਹੋਰ ਕਿਆ, ਹੈਂ ਉਹ ਪੱਕਣ ਨੂੰ ਤਾਂ ਆ ਗਈ, ਹਾਂ ਪੱਕਣ ਨੂੰ, ਇਹ 10 ਬੀਜ ਲੱਗਿਆ ਹੋਇਆ ਬਾਈ ਆਪਣਾ, 110 ਇਹਨੇ ਵੱਢ ਹੋਣਾ ਤਕਰੀਬਨ 10 ਤਰੀਕ ਦੇ ਨੇੜੇ ਤੇੜੇ 'ਚ, ਉਹ ਆਪਣਾ ਪੱਕ ਜਾਣਾ ਹਫ਼ਤੇ 10 ਦਿਨ 'ਚ, ਆਪਾਂ ਹਫ਼ਤੇ 'ਚ ਵੱਢ ਲੈਣਾ ਆਪਾਂ ਨੇ, ਚਲੋ ਫਿਰ 1 ਤਰੀਕ ਤੋਂ ਬਾਅਦ ਮੰਡੀਆਂ ਖੁੱਲ੍ਹ ਜਾਵੇ, ਹੈ ਬੋਲੀ ਹੋ ਜਾਵੇ ਤਕਰੀਬਨ, ਬਾ ਹੁਣ ਸੁੱਖ ਰੱਖੇ, ਹੁਣ ਆਏ ਹਾਂ ਹੁਣ ਸੀਜ਼ਨ ਦੇ ਵਿੱਚ, ਨਾ ਕਿਰਪਾ ਕਰੀ ਰੱਬਾ, ਹੁਣ ਜਿਹੜਾ ਕੁਛ ਕਰ ਲਿਆ ਕਰ ਲਿਆ, ਚੱਲ ਲਾਂਗੇ ਕੋਈ ਗੱਲ ਨਹੀਂ, ਸੀਜ਼ਨ ਦੇ ਵਿੱਚ ਆ ਕੇ ਜਿੱਕਣਾ ਵੱਢ ਲਏ, ਮਸ਼ੀਨਾਂ ਚੱਲਦੀਆਂ ਏ, ਕਿਸੇ ਦੀਆਂ ਮੰਡੀਆਂ 'ਚ ਪਈਆਂ ਏ, ਉੱਥੇ ਬਹੁਤ ਔਖਾ ਹੁੰਦਾ, ਚੱਕ 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 ਪਰ ਚੱਕ ਥੱਲ ਬਹੁਤ ਮਾਰ ਜਾਂਦੀ ਆ,
ਉਹ ਕੰਮ ਵੀ ਔਖਾ। ਪਿਛਲੀ ਵਾਰ ਤਾਂ ਮੇਰੇ ਹੱਥ ਖੜੇ ਕਰਾਤੇ। ਪਿਛਲੇ ਵਾਰ ਕਿੰਨੇ ਦਿਨ ਲਾਏ ਤੇ? ਪਿਛਲੀ ਵਾਰ ਤਾਂ 3-4 ਦਿਨ। ਅਜੇ ਤੇ ਜੀਰੀ ਹੈ ਨਹੀਂ। ਹੈ ਉਹ ਹੈਗੀ ਵਨ ਵਨ ਕਿੱਲਾ ਬਸ। ਹਾਂ ਕਿੱਲਾ ਹੈ, ਬਾਕੀ 2 ਕਿੱਲੇ ਐਵੇਂ ਬੂਟੇ ਪਪੂਲਰ ਲਾਤੇ ਤੇ। 26 ਲਾਇਆ ਤੁਸੀਂ ਬਈ, ਨਰਮ ਵੱਢ ਲੈ ਗਏ ਤੇ ਪਿਛਲੇ, ਤੁਸੀਂ ਬਲੌਗ ਦੇਖ ਸਕਦੇ ਆ ਪਿਛਲੇ ਸਾਲ ਦੇ। ਡੌਨ ਦੀ ਝਾੜ ਤਾਂ ਵੀ ਬਾਈ 30 ਕੁਇੰਟਲ ਦਾ ਬਹੁਤ ਆ, ਆ ਗਿਆ 29-30 ਕੁਇੰਟਲ ਦਾ ਤਾਂ ਵੀ। ਚਲੋ ਕੋਈ ਗੱਲ ਨੀ, ਮੌਕੇ ਫਿਰ ਵੱਢੂਗੇ ਜਾਂ ਹੁਣ ਪੱਕ ਕੇ ਜਾ ਵੱਢੂਗੇ, ਕਾਹਲੀ ਨੀ ਕਰਨੇ। 2-3 ਦਿਨ ਲੇਟ ਸੀ, ਮੰਡੀ ਘੁੰਮ ਜਾਓ ਮੱਛਰ ਚ ਰਾਤ ਨੂੰ। ਚੱਲ ਵਿਹਲੇ ਹੀ ਤੇ ਐਂ ਤਾਂ ਕੋਈ ਗੱਲ ਨੀ, ਵਿਹਲੇ ਤਾਂ ਹੁਣ ਵੀ। ਰਾਤ ਨੂੰ ਏਸੀ ਫੇਰ ਦੁਬਾਰਾ ਚੱਲ ਪਏ ਨੇ, ਏਸੀ ਵਿੱਚ ਨੂੰ ਬੰਦ ਹੋ ਗਏ ਤੇ ਹੁਣ ਫੇਰ ਚੱਲ ਪਏ ਦੇ ਦੁਬਾਰਾ। ਦੇਖ ਲਾ, ਦੇਖਦੇ ਅੱਜ ਦਾ ਮੌਸਮ ਰਾਤ ਦਾ। ਚੱਲ ਗੰਨਾ ਦਿਖਾਉਣੇ ਬਾਈ, ਇਹਦੇ ਬਾਅਦ ਪਿੰਡ ਵਾਲਾ ਜਾ ਕੇ ਤੁਹਾਨੂੰ ਗੰਨੇ ਦਾ ਹਾਲ ਚਾਲ ਦਿਖਾਉਂਦੇ ਆ। ਇਹਦੇ ਬਾਅਦ 95 ਦਾ ਹਨਾ, ਇੱਧਰ ਆਪਣੀ ਸਹੀ ਆ ਫਸਲ, ਆਪਣੀ ਫਸਲ ਵਾੜੀ। ਅਭੀ ਚੱਕ ਲਿਆ ਮੋਟਰਸਾਈਕਲ 110 ਤੇ ਉੱਧਰ 124 ਵੀ ਲੱਗਿਆ ਹੋਇਆ ਇਹ, ਤੇ ਉਹ ਸਹੀ ਆ ਬੀਜ ਸਾਰੇ। ਆਹ ਮੋਟਰ ਪਰ ਸਹੀ ਆ ਹੁਣ ਤੱਕ, ਕੱਲ੍ਹ ਦਾ ਪਤਾ ਨਹੀਂ, ਹੁਣ ਤੱਕ ਪਤਾ ਬਈ ਸਹੀ ਆ ਕਿ ਨਹੀਂ। ਆ ਵੀ ਗੰਨੇ ਗਏ ਉੱਥੇ, ਇਹ ਛੋਟਾ ਕਰ ਬਾਬੇ ਸ਼ਰਨੇ ਬਾਬੇ ਦਾ। ਹਾਂ ਇਹ ਗੰਨਾ ਦੇਖ ਲਾ, 2 ਵਾਰੀ ਬੰਨ ਹੋ ਗਿਆ ਤਾਂ ਵੀ ਕਰਕੇ ਗੰਨੇ ਲਵਾਈ ਬਹੁਤ ਆ, ਲਵਾਈ ਬਹੁਤ 30 ਫੁੱਟ ਵੱਡਾ ਹੈ ਗੰਨਾ। ਬਹੁਤ ਤਕੜਾ ਗੰਨਾ ਬਾਈ, ਇਹ ਵੀ ਵਿੱਚ ਵਿੱਚ ਗੇਰਤਾ। ਚੱਲ ਜਿੱਥੇ ਹਵਾ ਪੈ ਜਾਂਦੀ ਉੱਥੇ ਗਿਰਦੀ ਹੋ ਫਸਲ, ਆਹ ਦੇਖੋ ਕਿਹੜੇ ਹਿਸਾਬ ਨਾਲ ਪਾਣੀ ਬੂਟਿਆਂ 'ਚ ਖੜਾ ਬਾਈ। ਮੀਂਹ ਪਿਆ ਜੀ ਬਹੁਤ, 3 ਘੰਟੇ ਪੂਰਾ ਮੀਂਹ ਪਿਆ, ਇੱਦਾਂ ਚਰੀ ਵਾਲਾ ਸੁੱਕਾ ਤਾ ਆਪਣਾ, ਇਹ 'ਚ ਵੀ ਪਾਣੀ ਖੜਾ ਹੈ ਦੇਖ ਲਓ, ਜਮਾਂ ਹੀ ਸੁੱਕਾ ਪਿਆ ਤਾ, ਜਮਾਂ ਹੀ ਇਹ 'ਚ ਵੀ ਪਾਣੀ ਖੜਾ ਤਾ। ਆਹ ਮੋਟਰ ਆਪਣੀ, ਆਹ ਪਿੰਡ ਨੂੰ ਰਸਤਾ ਚਲੇ ਗਿਆ, ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਆਪਣਾ ਸਾਰਾ ਰਸਤਾ ਹੀ ਦਿਖਾ ਦੇਣਾ ਆਪਾਂ ਨੇ, ਹੌਲੀ ਚੱਲ। ਅਮਲਕੀਤ ਬਾਈ ਦੇ ਆ ਗਏ ਬੂਟੇ, ਮੋਟਰ 36 ਕਰਮਜੀਤ ਬਾਈ ਨੇ, ਉਹ ਜਿਹਦੇ ਉਹ ਬਹਿਣੇ ਹੁੰਦੇ ਡੇਰੇ ਲੱਗਦੇ ਹੁੰਦੇ ਹਨਾ, ਆਹ ਮੋਟਰ ਉਹ ਆ ਗਈ। ਹੋ ਤਾਂ ਗਿਆ ਮੌਸਮ ਲੱਗਦਾ ਸਾਫ ਜਾਂ, ਬਾਕੀ ਪਤਾ ਨਹੀਂ ਇਹਦਾ ਬਾਈ। ਆਹ 735 ਦਲਵੀਰ 735 ਦੀ ਮੋਟਰ ਆ ਗਈ, ਹਜੀਰੀ ਉਹਦੀ ਖੜੀ ਆ, ਇਹਨੇ ਵੀ ਵਢਾਉਣੀ ਸੀ ਇਹਦੀ ਪੱਕੀ ਪਈ ਆ ਬਾਬੇ, ਕੱਲ੍ਹ ਮਸ਼ੀਨ ਵਢਾਉਣ ਲੱਗਿਆ ਤਾਂ, ਕੱਲ੍ਹ ਕਿਣੀਆਂ ਜਿਹੀਆਂ ਆ ਗਈਆਂ, ਰੁਕ ਗਿਆ ਜੇ ਕੱਲ੍ਹ ਵਢਾ ਲੈਂਦਾ ਵਧੀਆ ਰਹਿੰਦਾ, ਹੁਣ ਇਹਨੇ ਹੋਰ ਗਿਰ ਜਾਣਾ, ਮਾੜੀ ਜਿਹੀ ਹਵਾ ਚੱਲ ਗਈ, ਪੱਕੀ ਪਈ ਆ, ਪਾਣੀ ਬਹੁਤ ਹੋ ਗਿਆ ਅੰਦਰ, ਪਾਣੀ ਭਰ ਗਿਆ, ਲੜਾਂ 'ਚ ਵੀ ਭਰ ਗਿਆ, ਉੱਪਰ ਵੀ ਪਾਣੀ ਹੋ ਗਿਆ ਛਿੱਟੇ ਪਰ। ਆਹ ਆਪਣਾ ਗੰਨਾ ਆ ਗਿਆ ਬਾਈ 95, ਆਹ ਗੇਰਤਾ ਦੇਖ ਲਓ। ਚੱਲ ਹੌਲੀ ਹੌਲੀ ਉਹ ਗਾਹ ਜਾਂਦਾ, ਹਵਾ ਪੈ ਗਈ, ਇੱਕ ਪਾਣੀ ਲਾਇਆ ਤਾਂ 5-4 ਦਿਨ ਹੋ ਗਏ ਬਾਈ, ਪਾਣੀ ਖੜ ਗਿਆ, ਹੁਣ ਹਵਾ ਚੱਲ ਪਈ, ਹਵਾ ਪੈ ਗਈ ਗਿਰ ਗਿਆ, ਔਖਾ ਕੰਮ, ਲਵੇਸੇ ਗਿਰ ਗਏ ਆਲੇ ਦੁਆਲੇ ਨੂੰ, ਪਾਣੀ ਖੜਾ ਇਹ 'ਚ ਵੀ ਪੂਰਾ ਹੋ ਗਿਆ, ਕਹੀ ਲਿਆ ਕੇ ਪਾਣੀ ਵੜਦਾ ਵਾ ਬਾਬੇ ਹੇਠਾਂ ਨੂੰ, ਇਹਦਾ ਪਾਣੀ ਵੜਦੀ ਆ ਨਾ ਇਹਦਾ ਹੇਠਾਂ ਨੂੰ, ਚੱਕਿਆ ਤਾਂ ਹੈਗਾ ਤਾਂ ਕੱਲ੍ਹ ਥੈਲਾ ਆਪਾਂ ਨੇ।
ਚੱਕਿਆ ਤਾਂ ਹੈਗਾ, ਐਂ ਤਾਂ ਬਣ ਹੀ ਜਾਂਦਾ ਹੋਊਗਾ ਇਹਨਾਂ ਨੂੰ, ਕਿਆ ਕਰ ਸਕਦੇ ਹਾਂ, ਕੋਈ ਕੋਈ ਜ਼ੋਰ ਨਹੀਂ ਰੱਬ ਮਹਾਰਾਜ ਮੇਰੇ ਕੋਈ ਜ਼ੋਰ। ਚੱਲ ਜਿਹੜਾ ਪਾਣਾ ਵਰਤਣਾ ਬਾਈ ਵਰਤੇ ਜਾਣਾ, ਕੋਈ ਰੋ ਸਕਦਾ ਉਹਨੂੰ। ਬਾਕੀ ਉਹ ਪਰਾਂ ਖੜਾ ਆ, ਗਿਰਿਆ ਤਕਰੀਬਨ ਆ ਪਰਾਂ ਨੂੰ ਗਿਰਿਆ ਥੋੜਾ ਜਿਹਾ, ਇੱਧਰ ਇੱਧਰ ਹਵਾ ਪੈ ਗਈ ਬਾਬੇ ਤਾਂ ਗਿਰਿਆ ਇਹ, ਨਹੀਂ ਤਾਂ ਗਿਰਨਾ ਇਹ। ਇੱਕ ਇੱਕ ਹੇਠਾਂ ਪਾਣੀ ਖੜਾ ਏ, ਅੱਗਾਂ ਪਰ ਪਾਣੀ, ਸਾਰੇ ਗੰਨੇ ਪਰ ਪਾਣੀ, ਵਜਨ ਹੋ ਗਿਆ, ਵਜਨ ਹੋ ਗਿਆ। ਚੱਲ ਹੁਣ ਚੱਲ ਚੱਲੀਏ, ਹੁਣ ਉਹ ਤੁਹਾਨੂੰ ਮੋਟਰ ਦਿਖਾਉਂਦੇ ਹਾਂ ਆਪਣੀ ਪਿੰਡ ਵਾਲੀ। ਇੱਥੇ ਜੇ ਆਪਣੀ ਜ਼ਮੀਨ ਸ਼ੁਰੂ ਹੋ ਜਾਂਦੀ ਹੈ, ਇੱਧਰ ਨੂੰ ਬਾਈ 3 ਕਿੱਲਿਆਂ ਦੀ ਲਾਮ ਆ, 6 ਕਿੱਲੇ ਆਉਂਦੇ ਆ ਮੋਟਰ ਪਰ। ਇੱਥੇ ਵੀ ਗਿਰਿਆ ਹੋਇਆ, ਉਰੇ ਵੀ ਹਵਾ ਪੈ ਗਈ, ਉਰੇ ਵੀ ਗਿਰਿਆ, ਸਾਹਿਬ ਯੋਧਾ ਸ਼ੁਰੂ ਹੋ ਜਾਂਦਾ ਹੈ, ਸਾਹਿਬ ਯੋਧਾ। ਇਹ ਵੀ 95 ਆ, ਮੋਟਰ ਆ ਗਈ ਫਿਰ ਸਾਡੀ, ਦੋ ਮੋਟਰ ਆ ਗਈ ਰਸਤੇ ਪਰ ਬਾਈ, ਉਰੇ ਰਹਿੰਦੇ ਬੰਦੇ। ਇਹ ਮੋਟਰ ਭਈਏ ਰਹਿੰਦੇ ਆ, ਹੁਣ ਗਏ ਹੋਏ ਆ, ਇੱਕ ਬੰਦਾ ਰਹਿੰਦਾ ਉਰੇ, ਆ 238 ਆ ਸਾਹਿਬ ਯੋਧਾ ਬਾਈ, ਡੀਸੀ ਬਾਈ ਦੀ ਜੀ ਡੀ ਆ ਗਈ, ਆ ਡੀਸੀ ਬਾਈ ਦਾ ਖੇਤ ਆ ਬਾਈ, ਬਾਸਮਤੀ ਆ ਇਹ, ਮਾਸਣ ਨੇ ਵੱਢੀ ਹੋਈ ਆ, ਸਾਡੇ ਪਿੰਡ ਦੀ ਬੇਰ ਘਟ ਰਹੀ ਆ ਗਈ। ਤੇ ਇਹਦੇ ਬਾਅਦ ਬਾਈ ਪਿੰਡ ਸ਼ੁਰੂ ਹੋ ਜਾਂਦਾ ਆ, ਫਿਰ ਮੀਤੇ ਜਿੱਧਰ ਮਰਜ਼ੀ ਨੂੰ ਘੁੰਮ ਜਾਓ, ਬਾਕੀ ਸਾਰਿਆਂ ਨੇ ਘਰ ਜਾਣਦੇ ਹੀ ਆ ਤੁਸੀਂ ਵੀਡੀਓ 'ਚ। ਲਓ ਜੀ ਬਾਈ ਹੁਣ ਸੈਲਰ ਵੱਲ ਆ ਗਏ, ਸੈਲਰ ਵੱਲ ਆਪਣੀ ਝੋਨਾ ਵੀ ਸਹੀ ਆ, ਕਿਰਪਾ ਮਾਲਕ ਦੀ, ਤਾਂ ਸੈਲਰ ਵੱਲ ਤਕਰੀਬਨ ਤਿਆਰ ਆ ਬਾਬੇ, ਹੈ ਨਾ। ਪਾਣੀ ਇੱਧਰ ਵੀ ਖੜਾ ਏ, ਪਾਣੀ ਇੱਧਰ ਵੀ ਬਹੁਤ ਖੜਾ ਬੂਟਿਆਂ 'ਚ, ਸੈਲਰ ਵੱਲ ਤਿਆਰ ਆ, ਚੱਲ ਪਾਉਣਾ ਹੁਣ ਕੰਮ, ਬੜਾਈ ਚੱਲ ਪਵੇ। ਸਹੀ ਆ ਬਾਈ, ਇਹ ਹੈਗਾ ਆਪਣਾ 73-01 ਉਹ 26 ਆ, ਉੱਧਰ ਆਹ 26 ਇੱਧਰ 3 ਕਿੱਲੇ, ਸੋਰੀ ਕਿੱਲਾ ਉਰੇ 26, ਬਾਕੀ 2 ਕਿੱਲੇ ਫੇਰ ਹੇਠਾਂ 73-01 ਉਹ ਵੀ ਖੜਾ ਏ, ਹਲੇ ਖੜਾ ਬਾਈ ਹਾਲ ਦੀ ਘੜੀ, ਕੱਲ੍ਹ ਦਾ ਪਤਾ ਨਹੀਂ, ਪਹਿਲਾਂ ਵੀ ਗੱਲ ਹੋਈ ਆ, ਹਾਲ ਦੀ ਘੜੀ ਖੜਾ ਏ ਸਹੀ, ਕੱਲ੍ਹ ਦਾ ਪਤਾ ਨਹੀਂ। ਆਹ ਮੁਹਰੇ 26 ਲੱਗਿਆ ਹੋਇਆ, ਪਿੱਛੇ 73-01 ਉਹ ਬੰਨ ਲੱਗ, ਉਹ ਦੇਖੋ ਜਿਹੜਾ ਪਿਲਕ ਪਰਾ ਉਹ ਹੈਗਾ 73-01, ਅਮਰੇ 26 ਆ, ਇਹ ਬਾਜਰੇ ਵਾਲਾ ਖੇਤ ਆ ਬਾਈ ਆਪਣਾ। ਤਾਂ ਬਾਬੇ ਕਿੱਥੇ ਜਾਣਾ ਹੁਣ? ਸ਼੍ਰੀ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਆਉਣਾ ਬਾਈ, ਅਤੇ ਚੱਲਦੇ ਹਾਂ ਉੱਥੇ ਨੂੰ, ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਹੈ ਨਾ ਬਾਬੇ। ਫਿਰ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਲਾ ਦੇ ਸਤਿ ਸ਼੍ਰੀ ਅਕਾਲ ਜੀ। ਬਾਈ ਆ ਗਈ ਸਿਸਮ ਵਾਲੀ ਨਦੀ ਆਪਣੀ 34, ਜਿਹੜੇ ਲੰਘਦੀ ਆਪਣੀ ਉਹ ਜ਼ਮੀਨ ਦੀ ਲਾਗ ਲੱਗਦੀ ਆ ਨਦੀ, ਉਹ ਵਾਲੀ ਆ ਇਹ, ਅਤੇ ਇਹ ਪਾਣੀ ਆ ਗਿਆ ਬਾਈ 'ਚ। ਚੰਡੀਗੜ੍ਹ ਬਹੁਤ ਮੀਂਹ ਪਿਆ ਬਾਬੇ, ਬਹੁਤ ਜ਼ਿਆਦਾ, ਹਾਂ ਤਾਂ ਹੀ ਨਦੀ ਆ ਗਈ, ਨਦੀ ਵੀ ਆ ਗਈ ਦੇਖ ਲਓ ਬਾਬੇ। ਹੁਣ ਸੇਮ ਇਹਨੇ ਬਸ ਖੇਤਾਂ ਦੀ ਸੁੱਕਣ ਨਹੀਂ ਦੇਣੀ, ਡੇਕਾਂ ਦੇਖ ਲਓ ਕਿੰਨੀਆਂ ਹਰੀਆਂ ਹੋਈਆਂ ਬਾਈ, ਹਾਂ ਪੰਛੀਆਂ ਦਰੱਖਤਾਂ ਨੂੰ ਸਾਰੇ ਕਾਸੇ ਨੂੰ ਪਾਣੀ ਦੇ ਦਿੱਤਾ ਰੱਬ ਨੇ।
ਸ਼ੁਕਰ ਆ ਮਾਲਕ ਦਾ, ਸ਼ੁਕਰ ਆ, ਸ਼ੁਕਰ ਆ ਮਾਲਕ ਆ, ਸੁੱਖ ਰੱਖੀ ਨੂੰ।